ਹੈਲੋ एवरीवन ਤੁਹਾਡੇ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਇਟਸ ਜੀਕੇ ਗੁਰੂ ਜੀ ਤੇ ਹਾਂਜੀ ਫਰੈਂਡ ਅੱਜ ਦੀ ਵੀਡੀਓ 'ਚ ਆਪਾਂ ਵਾਰਡ اٹੈਂਡੈਂਟ ਦੇ ਐਗਜ਼ਾਮ ਦੇ ਲਈ ਕਰੰਟ ਅਫੇਅਰ ਦੇ ਕੁਝ অতি ਮਹੱਤਵਪੂਰਨ ਪ੍ਰਸ਼ਨ ਕਵਰ ਕਰਾਂਗੇ ਉਮੀਦ ਕਰਦਾ ਤੁਹਾਨੂੰ ਪ੍ਰਸ਼ਨ ਇਸ ਵੀਡੀਓ ਵਿੱਚੋਂ ਹੀ ਵੇਖਣ ਨੂੰ ਮਿਲਣਗੇ ਫਰਸਟ ਕੁਐਸਚਨ ਤੋਂ ਸਟਾਰਟ ਕਰਦੇ ਹਾਂ ਕਰੋਨਾ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਨੂੰ ਕੀ ਨਾਂ ਦਿੱਤਾ ਗਿਆ ਚਾਰ ਆਪਸ਼ਨ ਨੇ ਫਰਸਟ ਹੈਗਾ ਜੀ ਕੋਵਿਡ-19 ਸੈਕੰਡ ਆਪਸ਼ਨ ਹੈਗਾ ਵੂਹਾਨ-19 ਥਰਡ অপਸ਼ਨ ਹੈਗਾ ਕਰੋਨਾ 19 ਤੇ ਫੋਰਥ ਦਿੱਤਾ ਜੀ ਨਨ ਆਫ ðiਸ ਹਾਂਜੀ ਕਰੋਨਾ ਵਾਇਰਸ ਤੋਂ ਹੋਣ ਵਾਲੀ ਬਿਮਾਰੀ ਨੂੰ ਕੀ ਨਾਂ ਦਿੱਤਾ ਗਿਆ ਕੋਵਿਡ 19 ਇਸ ਕੁਐਸਚਨ ਦਾ অপਸ਼ਨ ਨੰਬਰ 1st ਆਪਣਾ கரੈਕਟ ਹੋ ਜਾਵੇਗਾ ਹੁਣ ਤੁਹਾਨੂੰ ਕੋਵਿਡ 19 ਦੀ ਫੁੱਲ ਫਾਰਮ ਪਤਾ ਹੋਣਾ ਜ਼ਰੂਰੀ ਹੈ ਕੀ ਹੁੰਦੀ ਹੈ ਜੀ ਫੁੱਲ ਫਾਰਮ ਕਰੋਨਾ ਵਾਇਰਸ ਡਿਜ਼ੀਜ਼ ਆਫ 2019 ਹਾਂਜੀ ਇਹ ਕਿੱਥੋਂ ਸਟਾਰਟ ਹੋਈ ਚੀਨ ਦੇ ਵੁਹਾਨ ਸ਼ਹਿਰ ਤੋਂ ਚੱਲਦੇ ਹਾਂ ਨੈਕਸਟ ਕੁਐਸਚਨ ਵੱਲ ਆਪਣਾ ਨੈਕਸਟ ਕੁਐਸਚਨ ਦਿੱਤਾ ਹੋਇਆ ਹੈ ਕਰੋਨਾ ਵਾਇਰਸ ਕੀ ਹੈ ਇਹ ਕੁਐਸਚਨ ਵੀ ਬਹੁਤ ਜ਼ਿਆਦਾ ਇੰਪੋਰਟੈਂਟ ਹੈਗਾ ਚਾਰ ਆਪਸ਼ਨ ਨੇ ਫਰਸਟ ਹੈਗਾ ਜੀ ਪੈਂਡੇਮਿਕ ਸੈਕੰਡ ਆਪਸ਼ਨ ਹੈਗਾ ਐਪੀਡੇਮਿਕ ਥਰਡ ਆਪਸ਼ਨ ਹੈਗਾ ਐਂਡੇਮਿਕ ਤੇ ਫੋਰਥ ਹੈ ਜੀ ਸਪੋਰਟਿਕ ਜੀ ਕਰੋਨਾ ਵਾਇਰਸ ਇੱਕ ਮਹਾਮਾਰੀ ਹੈ ਇਸ ਕੁਐਸਚਨ ਦਾ ਆਪਸ਼ਨ ਨੰਬਰ ਫਰਸਟ ਆਪਣਾ ਕਰੈਕਟ ਹੋ ਜਾਵੇਗਾ ਪੈਂਡੇਮਿਕ ਹੁਣ ਬਾਕੀ ਦੇ ਆਪਸ਼ਨ ਬਾਰੇ ਵੀ ਆਪਾਂ ਪੜ੍ਹ ਲੈਨੇ ਆ ਤੇ ਫੋਰਥ ਆਪਸ਼ਨ ਦਿੱਤਾ ਹੈ ਜੀ ਸਪੋਰਟਿਕ ਸਪੋਰਟਿਕ ਦਾ ਮਤਲਬ ਹੁੰਦਾ ਹੈ ਉਹ ਬਿਮਾਰੀ ਜਿਹੜੀ ਥੋੜੇ ਜੇ ਏਰੀਆ ਵਿੱਚ ਫੈਲੇ ਡਾਇਗਰਾਮ ਨਾਲ ਸਮਝਦੇ ਆਪਾਂ ਤੇ ਉਸ ਤੋਂ ਬਾਅਦ ਦਿੱਤਾ ਜੀ ਐਂਡੇਮਿਕ ਜਿਹੜੀ ਕਿ ਇਸ ਤੋਂ ਥੋੜੇ ਜਿਆਦਾ ਏਰੀਆ ਵਿੱਚ ਫੈਲੇ ਬੀ ਆਪਸ਼ਨ ਦਿੱਤਾ ਹੈ ਐਪੀਡੈਮਿਕ ਜਿਹੜੀ ਕਿ ਇਸ ਤੋਂ ਵੀ ਥੋੜੇ ਜਿਆਦਾ ਏਰੀਆ ਵਿੱਚ ਫੈਲੇ ਤੇ ਫਰਸਟ ਗੈ ਪੈਂਡੇਮਿਕ ਜਿਹੜੀ ਕਿ ਮਤਲਬ ਕਿ ਪੂਰੇ ਦੇਸ਼ ਵਿੱਚ ਫੈਲ ਜਾਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਪੈਂਡੇਮਿਕ ਮਹਾਮਾਰੀ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਆਪਣਾ ਨੈਕਸਟ ਕੁਐਸਚਨ ਹੈਗਾ ਹੈ ਵਿਗਿਆਨਕਾਂ ਨੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨੂੰ ਕੀ ਨਾਂ ਦਿੱਤਾ ਹਾਂਜੀ ਚਾਰ ਆਪਸ਼ਨ ਨੇ ਫਰਸਟ ਹੈਗਾ ਕੋਵਿਡ-19 ਸੈਕੰਡ ਆਪਸ਼ਨ ਹੈਗਾ ਚਾਈਨਾ ਵਾਇਰਸ ਥਰਡ ਆਪਸ਼ਨ ਹੈਗਾ ਸਾਰਸ-ਕੋਵ-2 ਤੇ ਫੋਰਥ ਹੈਗਾ ਨਨ ਆਫ ਥੀਸ ਹਾਂਜੀ ਵਿਗਿਆਨਿਕਾਂ ਨੇ ਸਭ ਤੋਂ ਪਹਿਲਾਂ ਕਰੋਨਾ ਵਾਇਰਸ ਨੂੰ ਕੀ ਨਾਮ ਦਿੱਤਾ ਜੀ ਸਾਰਸ-ਕੋਵ-2 ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਆਪਣਾ ਕਰੈਕਟ ਹੋ ਜਾਂਦਾ ਹੈ ਸਾਰਸ-ਕੋਵ-2 ਦੀ ਫੁੱਲ ਫਾਰਮ ਤੁਹਾਨੂੰ ਪਤਾ ਹੋਣਾ ਜ਼ਰੂਰੀ ਹੈ ਸੀਵियर ਐਕਿਊਟ respiratory syndrome coronavirus 2 ਫਿਰ ਤੋਂ ਰਿਪੀਟ ਕਰ ਦਨੇ ਆ ਜੀ ਸੀਵियर ਐਕਿਊਟ respiratory syndrome coronavirus 2 ਇਹ ਫੁੱਲ ਹਮ ਤੁਸੀਂ ਨੋਟ ਕਰ ਲੈਣੀ ਹੈ ਚਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਚਲਦੇ ਹਾਂ ਨੈਕਸਟ ਕੁਐਸਚਨ ਵੱਲ ਪੰਜਾਬ ਨੇ ਕੋਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹੜੀ ਐਪ ਲਾਂਚ ਕੀਤੀ ਚਾਰ ਆਪਸ਼ਨ ਦਿੱਤੀ ਹੋਈ ਨੇ ਫਸਟ ਹੈਗਾ ਕੋਵਾ ਪੰਜਾਬ ਸੈਕੰਡ ਆਪਸ਼ਨ ਹੈਗਾ ਜੀ ਪੰਜਾਬ ਫੀਡ ਥਰਡ অপਸ਼ਨ ਹੈਗਾ ਕਰੋਨਾ ਫਰੀ ਪੰਜਾਬ ਤੇ ਫੋਰਥ ਹੈਗਾ ਨਨ ਆਫ ਥੀਸ ਜੀ ਆਪਾਂ ਦੱਸਣਾ ਹੈ ਪੰਜਾਬ ਨੇ ਕਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹੜੀ ਐਪ ਲਾਂਚ ਕੀਤੀ ਤਾਂ ਇਸ ਕੁਐਸਚਨ ਦਾ கரੈਕਟ ਆਨਸਰ ਹੋ ਜਾਂਦਾ ਜੀ অপਸ਼ਨ ਨੰਬਰ ਏ ਕੋਵਾ ਪੰਜਾਬ ਹੁਣ ਕੋਵਾ ਪੰਜਾਬ ਦੀ ਫੁੱਲ ਫਾਰਮ ਆਪਾਂ ਨੂੰ ਪਤਾ ਹੋਣੀ ਜ਼ਰੂਰੀ ਹੈ ਇਸ ਦੀ ਫੁੱਲ ਫਾਰਮ ਹੈਗੀ ਜੀ ਕਰੋਨਾ ਵਾਇਰਸ ਇਲੈਕਟ ਹਾਂਜੀ ਪੰਜਾਬ ਦੀ ਗੱਲ ਆਈ ਹੈ ਤਾਂ ਪੰਜਾਬ ਦੀ ਕੈਪੀਟਲ ਕੀ ਹੈਗੀ ਜੀ ਚੰਡੀਗੜ੍ਹ ਇਸ ਦੇ ਚੀਫ ਮਿਨਿਸਟਰ ਕੌਣ ਨੇ ਅਮਰਿੰਦਰ ਸਿੰਘ ਤੇ ਗਵਰਨਰ ਬੀਪੀ ਸਿੰਘ ਬਦਨੌਰ ਚਲਦੇ ਆ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਆਪਣਾ ਨੈਕਸਟ ਕੁਐਸਚਨ ਆਂਦਾ ਹੈ ਕੋਵਿਡ 19 ਨੂੰ ਮਹਾਮਾਰੀ ਘੋਸ਼ਿਤ ਕਿੰਨੇ ਕੀਤਾ ਚਾਰ ਆਪਸ਼ਨ ਨੇ ਫਸਟ ਹੈਗਾ WHO ਸੈਕੰਡ ਆਪਸ਼ਨ ਹੈਗਾ ਜੀ UN ਥਰਡ ਆਪਸ਼ਨ ਹੈਗਾ ਚਾਈਨਾ ਤੇ ਫੋਰਥ ਦਿੱਤਾ ਹੈ ਇੰਡੀਆ ਹਾਂਜੀ ਆਪਾਂ ਦੱਸਣਾ ਹੈ ਕੋਵਿਡ 19 ਨੂੰ ਮਹਾਮਾਰੀ ਘੋਸ਼ਿਤ ਕਿੰਨੇ ਕੀਤਾ ਤਾਂ ਇਸ ਕੁਐਸਚਨ ਦਾ ਆਪਣਾ ਕਰੈਕਟ ਆਨਸਰ ਹੋ ਜਾਂਦਾ ਹੈ ਆਪਸ਼ਨ ਨੰਬਰ A WHO ਹੁਣ ਆਪਾਂ ਨੂੰ WHO ਦੀ ਫੁੱਲ ਫਾਰਮ ਵੀ ਪਤਾ ਹੋਣਾ ਹੀ ਜ਼ਰੂਰੀ ਹੈ ਇਸ ਦੀ ਫੁੱਲ ਫਾਰਮ ਹੁੰਦੀ ਹੈ ਜੀ World Health Organization ਹਾਂਜੀ ਇਸ ਦੀ ਸਥਾਪਨਾ ਕਦੋਂ ਹੋਈ ਸੀ April 1948 ਨੂੰ ਕਦੋਂ ਹੋਈ ਸੀ ਜੀ April 1948 ਨੂੰ WHO ਦੀ ਸਥਾਪਨਾ ਹੋਈ ਸੀ ਇਸ ਦਾ ਹੈੱਡਕੁਆਰਟਰ ਵੀ ਪੁੱਛ ਲਿਆ ਜਾਂਦਾ ਹੈ ਤਾਂ ਇਸ ਦਾ ਹੈੱਡਕੁਆਰਟਰ ਹੈਗਾ ਜੀ ਜਨੇਵਾ ਜਿਹੜਾ ਕੀ ਸਵਿਟਜ਼ਰਲੈਂਡ ਵਿੱਚ ਹੈਗਾ ਹੈੱਡ ਬਾਰੇ ਵੀ ਪੁੱਛ ਲਿਆ ਜਾਂਦਾ ਹੈ ਕਿ WHO ਦੇ ਹੈੱਡਕੌਮ ਨੇ ਦਾ ਇਸ ਦੇ ਹੈਡ ਟੈਡਰੋਸ ਐਦਾ ਨੋਮ ਹਨ ਚਲਦੇ ਆ ਨੈਕਸਟ ਕੁਐਸਚਨ ਵੱਲ ਆਪਣਾ ਨੈਕਸਟ ਕੁਐਸਚਨ ਹੈਗਾ ਜੀ ਕੁਐਸਚਨ ਨੰਬਰ 6 ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਕਰੋਨਾ ਵਾਇਰਸ ਕਾਰਨ ਪੂਰਨ ਕਰਫਿਊ ਲਗਾਇਆ ਗਿਆ ਸੀ ਚਾਰ ਆਪਸ਼ਨ ਹੈ ਫਸਟ ਹੈਗਾ ਜੀ ਪੰਜਾਬ ਸੈਕੰਡ ਆਪਸ਼ਨ ਹੈਗਾ ਮਹਾਰਾਸ਼ਟਰ ਥਰਡ ਆਪਸ਼ਨ ਹੈਗਾ ਕੇਰਲ ਤੇ ਫੋਰਥ ਹੈ ਤਾਮਿਲਨਾਡੂ ਹਾਂਜੀ ਸਭ ਤੋਂ ਪਹਿਲਾਂ ਕਿਹੜੇ ਰਾਜ ਵਿੱਚ ਕਰੋਨਾ ਵਾਇਰਸ ਕਾਰਨ ਪੂਰਨ ਕਰਫਿਊ ਲਗਾਇਆ ਗਿਆ ਸੀ ਤਾਂ ਇਹ ਲਗਾਇਆ ਗਿਆ ਸੀ ਜੀ ਪੰਜਾਬ ਵਿੱਚ ਇਸ ਕੁਐਸਚਨ ਦਾ ਆਪਸ਼ਨ ਨੰਬਰ 1 ਆਪਣਾ ਕਰੈਕਟ ਹੋ ਜਾਂਦਾ ਹੈ ਚੱਲਦੇ ਹਾਂ ਜੀ ਨੈਕਸਟ ਕੁਐਸਚਨ ਵੱਲ ਹਾਂਜੀ ਆਪਣਾ ਨੈਕਸਟ ਕੁਐਸਚਨ ਹੈਗਾ ਕੁਐਸਚਨ ਨੰਬਰ 7 ਕਰੋਨਾ ਵਾਇਰਸ ਨੂੰ ਮਹਾਮਾਰੀ ਘੋਸ਼ਿਤ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ ਚਾਰ ਆਪਸ਼ਨ ਇਹ ਫਸਟ ਹੈਗਾ ਪੰਜਾਬ ਸੈਕੰਡ ਆਪਸ਼ਨ ਹੈਗਾ ਹਰਿਆਣਾ ਥਰਡ অপਸ਼ਨ ਹੈਗਾ ਮਹਾਰਾਸ਼ਟਰ ਤੇ ਫੋਰਥ ਹੈਗਾ ਜੀ ਕੇਰਲ ਜੀ ਆਪਾਂ ਦੱਸਣਾ ਹੈ ਕਰੋਨਾ ਵਾਇਰਸ ਨੂੰ ਮਹਾਮਾਰੀ ਘੋਸ਼ਿਤ ਕਰਨ ਵਾਲਾ ਪਹਿਲਾ ਰਾਜ ਕਿਹੜਾ ਹੈ ਤਾਂ ਇਹ ਹੈਗਾ ਜੀ ਹਰਿਆਣਾ ਇਸ ਕੁਸ਼ਣ ਦਾ অপਸ਼ਨ ਨੰਬਰ B ਆਪਣਾ கரੈਕਟ ਹੋ ਜਾਂਦਾ ਹੈ ਹੁਣ ਹਰਿਆਣਾ ਦੀ ਗੱਲ ਆਈ ਹੈ ਤਾਂ ਹਰਿਆਣਾ ਦੀ ਕੈਪੀਟਲ ਕੀ ਹੈਗੀ ਜੀ ਇਸ ਦੀ ਕੈਪੀਟਲ ਹੈਗੀ ਹੈ ਚੰਡੀਗੜ੍ਹ ਇਸ ਦੇ ਸੀਐਮ ਕੌਣ ਨੇ ਮਨੋਰ ਲਾਲ ਖੱਟੜ ਤੇ ਇਸ ਦੇ ਗਵਰਨਰ ਕੌਣ ਨੇ ਸਤਿਅਦੇਵ ਨਾਰਾਇਣ ਆਰਿਆ ਚੱਲਦੇ ਹਾਂ ਜੀ ਨੈਕਸਟ ਕੁਸ਼ਣ ਵੱਲ ਹਾਂਜੀ ਆਪਣਾ ਨੈਕਸਟ ਕੁਐਸਚਨ ਹੈਗਾ ਕੁਐਸਚਨ ਨੰਬਰ 8 ਭਾਰਤ ਵਿੱਚ ਸਾਰਕ ਕੋਵਿਡ-19 ਐਮਰਜੈਂਸੀ ਫੰਡ ਵਿੱਚ ਸਹਾਇਤਾ ਰਾਸ਼ੀ ਡੈਸ਼ ਦੇਣ ਦੀ ਘੋਸ਼ਣਾ ਕੀਤੀ ਚਾਰ ਆਪਸ਼ਨ ਹੈ ਫਸ ਦਿੱਤਾ ਜੀ 10 ਮਿਲੀਅਨ ਡਾਲਰ ਸੈਕਿੰਡ ਆਪਸ਼ਨ ਹੈਗਾ 100 ਮਿਲੀਅਨ ਡਾਲਰ ਥਰਡ ਆਪਸ਼ਨ ਹੈਗਾ 25 ਮਿਲੀਅਨ ਡਾਲਰ ਤੇ ਫੋਰਥ ਹੈਗਾ ਜੀ 50 ਮਿਲੀਅਨ ਡਾਲਰ ਹਾਂਜੀ ਭਾਰਤ ਵਿੱਚ ਸਾਰਕ ਕੋਵਿਡ-19 ਐਮਰਜੈਂਸੀ ਫੰਡ ਵਿੱਚ ਸਹਾਇਤਾ ਰਾਸ਼ੀ ਡੈਸ਼ ਦੇਣ ਦੀ ਕੋਸ਼ਿਸ਼ ਨਾ ਕੀਤੀ ਤਾਂ ਇਸ ਕੁਐਸਚਨ ਦਾ অপਸ਼ਨ ਨੰਬਰ A ਆਪਣਾ கரੈਕਟ ਹੋ ਜਾਂਦਾ ਹੈ 10 ਮਿਲੀਅਨ ਡਾਲਰ ਹੁਣ ਇੱਥੇ ਗੱਲ ਆਈ ਹੈ ਜੀ ਸਾਰਕ ਦੀ ਤਾਂ ਇਸ ਦੀ ਫੁੱਲ ਫਾਰਮ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਹੈ ਇਸ ਦੀ ਫੁੱਲ ਫਾਰਮ ਹੁੰਦੀ ਜੀ ਸਾਊਥ ਏਸ਼ੀਅਨ ਐਸੋਸੀਏਸ਼ਨ ਫੋਰ ਰੀਜਨਲ ਕਾਰਪੋਰੇਸ਼ਨ ਇਸ ਦਾ ਹੈੱਡਕੁਆਟਰ ਕਿੱਥੇ ਹੈਗਾ ਜੀ ਕਾਠਮੰਦੂ ਨੇਪਾਲ ਵਿੱਚ ਇਸ ਦੇ ਪ੍ਰੈਜ਼ੀਡੈਂਟ ਕੌਣ ਨੇ ਅਮਜਾਦ ਹੁਸੈਨ ਜਿਹੜੇ ਕਿ ਪਾਕਿਸਤਾਨ ਤੋਂ ਨੇ ਤੇ ਸਦਸ્ય ਦੇਸ਼ ਦਾ ਵੀ ਆਪਾਂ ਨੂੰ ਪਤਾ ਹੋਣਾ ਚਾਹੀਦਾ ਹੈ सदस्य देश ने भारत बांग्लादेश, नेपाल भूटान श्रीलंका मालदीप पाकिस्तान तो अफगानिस्तान फिर तो रिपीट कर देना इंपोर्टेंट ने भारत बांग्लादेश, नेपाल भूटान श्रीलंका मालदीप पाकिस्तान तो अफगानिस्तान दिया नैक्सट क्वेश्चन वाल अपना नैक्सट क्वेश्चन है गया। ਇਨਸਟਾਗ੍ਰਾਮ ਨੇ ਕਰੋਨਾ ਵਾਇਰਸ ਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹੜਾ ਫੀਚਰ ਲਾਂਚ ਕੀਤਾ ਇਹ ਵੀ ਇੰਪੋਰਟੈਂਟ ਹੈਗਾ ਫਸਟ ਆਪਸ਼ਨ ਹੈਗਾ ਜੀ ਇਨਸਟਾਗ੍ਰਾਮ ਟੀਵੀ ਸੈਕੰਡ ਆਪਸ਼ਨ ਦਿੱਤਾ ਹੈ ਇਨਸਟਾਗ੍ਰਾਮ ਨਿਊਜ਼ ਥਰਡ ਆਪਸ਼ਨ ਹੈਗਾ ਇਨਸਟਾਗ੍ਰਾਮ ਫੀਡ ਤੇ ਫੋਰਥ ਹੈਗਾ ਜੀ ਇਨਸਟਾਗ੍ਰਾਮ ਗੋ ਕਰੋਨਾ ਹਾਂਜੀ ਇਨਸਟਾਗ੍ਰਾਮ ਨੇ ਕਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ ਕਿਹੜਾ ਜਿਹੜਾ ਫੀਚਰ ਲਾਂਚ ਕੀਤਾ ਸੀ ਤਾਂ ਇਹ ਸੀ ਜੀ ਇਨਸਟਾਗ੍ਰਾਮ ਫੀਡ ਇਸ ਕੁਐਸਚਨ ਦਾ ਆਪਸ਼ਨ ਨੰਬਰ ਸੀ ਆਪਣਾ ਕਰੈਕਟ ਹੋ ਜਾਂਦਾ ਹੈ ਚਲਦੇ ਆਂ ਨੈਕਸਟ ਕੁਐਸ਼ਨ ਵੱਲ ਨੈਕਸਟ ਕੁਐਸ਼ਨ ਦਿੱਤਾ ਹੋਇਆ ਹੈ ਕਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲੋਣ ਲਈ WhatsApp ਨੇ ਕਿਹੜਾ ਫੀਚਰ ਭਾਰਤ ਵਿੱਚ ਲਾਂਚ ਕੀਤਾ ਚਾਰ ਆਪਸ਼ਨ ਨੇ ਫਸ ਦਿੱਤਾ ਜੀ WhatsApp ਨਿਊਜ਼ ਸੈਕੰਡ ਦਿੱਤਾ ਹੈ WhatsApp Go ਥਰਡ ਆਪਸ਼ਨ ਹੈਗਾ WhatsApp Chatbot ਤੇ ਫੋਰਥ ਹੈਗਾ WhatsApp Live ਹਾਂਜੀ WhatsApp ਨੇ ਕਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲੋਣ ਲਈ ਭਾਰਤ ਵਿੱਚ WhatsApp Chatbot ਫੀਚਰ ਲਾਂਚ ਕੀਤਾ ਐਸ ਕੁਐਸ਼ਨ ਦਾ ਸੀ অপਸ਼ਨ ਆਪਣਾ கரੈਕਟ ਹੋ ਜਾਂਦਾ ਹੈ ਚੱਲਦੇ ਆਂ ਜੀ ਅੱਜ ਦੀ ਵੀਡੀਓ ਦੇ ਲਾਸਟ ਕੁਐਸ਼ਨ ਵੱਲ ਆਪਣਾ ਲਾਸਟ ਕੁਐਸ਼ਨ ਦਿੱਤਾ ਹੋਇਆ ਹੈ ਕਰੋਨਾ ਵਾਇਰਸ ਦੇ ਬਾਰੇ ਜਾਗਰੂਕਤਾ ਫੈਲਾਉਣ ਲਈ ਗੂਗਲ ਨੇ ਕਿਹੜਾ ਨਵਾਂ ਵੈਬਸਾਈਟ ਸ਼ੁਰੂ ਕੀਤਾ ਚਾਰ ਆਪਸ਼ਨ ਦਿੱਤੇ ਹੋਏ ਨੇ ਫਸਟ ਹੈਗਾ google.com/covid19 ਸੈਕੰਡ ਆਪਸ਼ਨ ਹੈਗਾ google.com/corona ਥਰਡ ਆਪਸ਼ਨ ਹੈਗਾ ਜੀ google.com/coronavirus ਤੇ ਫੋਰਥ ਹੈਗਾ ਨਨ ਆਫ ਥੀਸ ਹਾਂਜੀ ਕਰੋਨਾ ਵਾਇਰਸ ਬਾਰੇ ਜਾਗਰੂਕਤਾ ਫੈਲਾਉਣ ਲਈ Google ਨੇ ਕਿਹੜਾ ਨਵਾਂ ਵੈਬਸਾਈਟ ਸ਼ੁਰੂ ਕੀਤਾ ਹੈ ਤਾਂ ਇਸ ਕੁਸ਼ਣ ਦਾ ਆਪਸ਼ਨ ਨੰਬਰ A ਆਪਣਾ கரੈਕਟ ਹੋ ਜਾਂਦਾ ਹੈ google.com/corona ਸੌਰੀ ਕੋਵਿਡ 19 ਹਾਂਜੀ ਫਰੈਂਡ ਅੱਜ ਦੀ ਵੀਡੀਓ ਨੂੰ ਇੱਥੇ ਸਮਾਪਤ ਕਰਦੇ ਹਾਂ ਚੈੱਕ ਕਰ ਤੁਹਾਨੂੰ ਇਹ ਵੀਡੀਓ ਚੰਗੀ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਕਰਿਓ ਤੇ ਜਿਆਦਾ ਤੋਂ ਜਿਆਦਾ ਆਪਣੇ ਸਾਥੀਆਂ ਦੇ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਹਾਂ ਜੀ ਨੈਕਸਟ ਵੀਡੀਓ 'ਚ ਉਦੋਂ ਤੱਕ ਦੇ ਲਈ ਟੇਕ ਕੇਅਰ